ਪਾਣੀ ਹੋਊਗਾ ਆਪਾਂ ਧਿਆਨ ਲਗੀ ਪੁੱਛ ਗਏ ਉਹਨੇ ਜੋ ਪੁੱਛਿਆ ਭਾਈ ਹਾਲ ਗਿਆ ਪਾਣੀ ਪੀਣਾ ਉਹ ਕਹਿੰਦਾ ਆਜੋ ਮਹਾਰਾਜ ਹੈਗਾ ਰੱਖਿਆ ਵਾ ਮੇਰਾ ਉਹ ਪਾਣੀ ਪੀ ਕੇ ਤੁਰਨ ਲੱਗਾ ਕਹਿਣ ਲੱਗਾ ਵੀ ਥੋੜੀ ਬਾਕੀ ਆ ਤੇਰੇ ਕਰਮ ਸੁੱਤੇ ਪਏ ਆ ਤੇ ਜਾਗਣਗੇ ਇਹ ਗੱਲ ਕਹਿ ਕੇ ਸਾਹੂ ਤਾਂ ਚਲੇ ਗਿਆ ਉਹਨੂੰ ਦੂਜੇ ਦਿਨ ਗਾਂ ਤੀਜੇ ਦਿਨ ਉਹ ਹਲ ਜੋੜ ਕੇ ਬਾਹਰ ਚੱਲ ਗਿਆ ਉਹਦੇ ਘਰ ਵਾਲੀ ਨੇ ਰੋਟੀਆਂ ਦੀ ਲੈ ਕੇ ਜਾਣੀ ਸੀ ਤੇ ਖੁੱਲਾ ਦਹੀਂ ਦੂਹੀਂ ਪਾਉਣ ਨੂੰ ਦਾਲ ਪਾਣੀ ਪਾਉਣ ਨੂੰ ਕਿਸੇ ਦੇ ਗਵਾਂਢੀਆਂ ਦੇ ਭਾਂਡੇ ਲੈ ਲਿਆ ਬਾਟ ਰੋਟੀ ਲੈ ਕੇ ਉਹਦੇ ਕੋਲ ਤੇ ਉਦੋਂ ਬੱਦਲ ਹੋ ਗਿਆ ਬਹੁਤ ਜ਼ਿਆਦਾ ਜਦੋਂ ਬੱਦਲ ਹੋ ਗਿਆ ਉਹ ਕਹਿਣ ਲੱਗੀ ਤੂੰ ਗੱਲ ਸੁਣ ਲੈ ਬੱਦਲ ਹੋ ਗਿਆ ਬਹੁਤ ਜ਼ਿਆਦਾ ਮੈਂ ਜਾ ਕੇ ਜਵਾਕ ਜੱਲਾ ਤੇ ਪਸ਼ੂ ਡੰਗਰ ਸਾਂਭਦੀਆਂ ਤੂੰ ਰੋਟੀ ਖਾ ਲੈ ਆ ਭਾਂਡਾ ਨਾ ਭੁੱਲਈ ਮੈਂ ਲਈ ਗਵਾਂਢੀਆਂ ਤੋਂ ਮੰਗ ਕੇ ਮੜ ਕੇ ਆਪਾਂ ਨੂੰ ਦੇਣਾ ਨਹੀਂ ਕਿਸੇ ਨੇ ਉਹ ਕਹਿੰਦਾ ਵੀ ਠੀਕ ਆ ਜਾ ਉਹਨੇ ਰੋਟੀ ਖਾਂਦਿਆਂ ਖਾਂਦਿਆਂ ਮੀਂਹ ਲੱਗ ਗਿਆ ਪੈਣ ਰੋਟੀ ਖਾ ਕੇ ਆਪ ਉੱਠਿਆ ਉੱਠ ਕੇ ਕਿਸੇ ਬਰਸ ਥੱਲੇ ਹੋ ਗਿਆ ਤੇ ਉਹ ਬਾਕੀ ਦਾ ਚੇਤਾ ਭੁੱਲ ਗਿਆ ਜਦੋਂ ਉਹ ਆਇਆ ਘਰ ਉਹ ਕਹਿਣ ਲੱਗੀ ਹਾਂ ਬਈ ਬੰਡਾ ਉਹ ਕੰਨਲੇ ਵੀ ਮੈਂ ਤਾਂ ਭੁੱਲਿਆ ਉਹ ਕਹਿੰਦੀ ਜਾ ਲਿਆ ਚੱਕ ਕੇ ਫਿਰ ਕਹਿੰਦਾ ਹੁਣ ਤਾਂ ਖੇਤਾਂ ਚ ਪਾਣੀ ਖੜ ਗਿਆ ਮੀਂਹ ਜਾਦੇ ਪੈਗਾ ਉਹ ਕਹਿੰਦੀ ਇਸ ਸਾਰੰਗ ਲੈ ਜਾ ਉਹਦੀ ਨਾਲ ਟੋਨੀ ਉਹਨੇ ਚੱਕੀ ਸਾਰੰਗ ਖੇਤ ਤੇ ਰਾ ਜਿੱਥੇ ਉਹ ਬਹਿ ਕੇ ਰੋਟੀ ਖਾਣ ਲੱਗਾ ਸੀ ਉੱਥੇ ਉਹਨੇ ਦੇਖਿਆ ਟੋਤਾ ਕਿ ਇਧਰ ਉਧਰ ਹੱਥ ਮਾਰਿਆ ਪਰ ਉਹ ਕਿਥੋਂ ਨਾ ਚਾਈ ਫਿਰ ਉਹਨੂੰ ਆਕਾਸ਼ ਬਾਣੀ ਹੋ ਗਿਆ ਭੱਗਦਾ ਕੀ ਪਾਦਣਾ ਉਹਨੇ ਇਧਰ ਉਧਰ ਬੰਦਾ ਤਾਂ ਕੋਈ ਨਹੀਂ ਜਾਨੀ ਫਿਰ ਦੂਜੀ ਅੱਜ ਜਦੋਂ ਬਾਜਮਾਰੀ ਕਹਿੰਦਾ ਜਰ ਮੈਂ ਤਾਂ ਇੱਥੇ ਨਾ ਬਾਟੀ ਗਵਾਟ ਗਈ ਮੈਥੋਂ ਰੋਟੀ ਖਾਂਦੇ ਤੂੰ ਪਾ ਉਹ ਕਹਿੰਦਾ ਬਾਟੀ ਨਹੀਂ ਸੋਣੀ ਤੈਨੂੰ ਉਹ ਤਾਂ ਇਸ ਲਈ ਪਿਆ ਸਮੁੰਦਰ ਤੋਂ ਪਾਰ ਤੇ ਕਰਮਸੁੱਤੇ ਪਏ ਜਾ ਜਗਰ ਲੈ ਜੀ ਘਰ ਆਵਿਆ ਆ ਕੇ ਆਪਣੇ ਘਰ ਆੜੀ ਨੂੰ ਦੱਸੀ ਸਾਰੀ ਗੱਲ ਵੀ ਬੰਦਾ ਬੰਦਾ ਤਾਂ ਮੈਨੂੰ ਸੀ ਯਾਨੀ ਬਾਤ ਜਰੂਰ ਹੋਉਂਦੀ ਸੀ ਆ ਗੱਲ ਮੈਨੂੰ ਕਹੇ ਉਹ ਕਹਿੰਦੀ ਵੀ ਜਾਵਰ ਲਓ ਜੀ ਚੱਲ ਪਿਆ ਸਮੁੰਦਰ ਵੱਲੀ ਰਾਹਤੇ ਵਿੱਚ ਜਾਂਦੇ ਆ ਉਹਨੂੰ ਰਾਤ ਪਈ ਇੱਕ ਪਿੰਡ ਆਇਆ ਉੱਥੇ ਸੱਤ ਚ ਬੈਠੇ ਬੰਦੇ ਸਿਆਣੇ ਉਹਨਾਂ ਨੂੰ ਜਾ ਕੇ ਬੁਲਾ ਕੇ ਫੱਤੇ ਖੜ ਗਿਆ ਅੱਖਣ ਲੱਗਾ ਵੀ ਭਾਈ ਸਾਹਿਬ ਮੈਂ ਰਾਤ ਕੱਟਣੀ ਆ ਤੇ ਦੋ ਪ੍ਰਸ਼ਾਦ ਦੇ ਵੀ ਛਕਣੇ ਉਹ ਕਹਿੰਦੇ ਕੋਈ ਨਹੀਂ ਬਹਿ ਜਾ ਇੱਥੇ ਰਾਤ ਵੀ ਕੱਟਣੀ ਮੰਝਾ ਲੀੜਾ ਵੀ ਮਿਲ ਜੂ ਪਾਈ ਦੋ ਪ੍ਰਸ਼ਾਦ ਦੇ ਵੀ ਵੇਚ ਜਾਣ ਜਦੋਂ ਰਾਤ ਨੂੰ ਰੋਟੀ ਟੋ ਹੋਰ ਹੋ ਗਏ ਦੋ ਚਾਰ ਇਕੱਠੇ ਉਹ ਪੁੱਛਣ ਲੱਗੇ ਵੀ ਕਿੱਧਰ ਨੂੰ ਚੱਲਿਆ ਤੇ ਕਿੱਥੋਂ ਆਇਆ ਕਹਿੰਦਾ ਆਇਆ ਤਾਂ ਮਾਪਦੇ ਘਰੋਂ ਹੀ ਆ ਪਰ ਗਾਂਵਾਂ માં ਸਮੁੰਦਰ ਤੋਂ ਪਾਰ ਜਾਣਾ ਮੇਰੇ ਕਰਮ ਸੁੱਤੇ ਪਏ ਆ ਮੈਨੂੰ ਕੋਈ ਸਾਧੂ ਪਖੀਰ ਦੱਸ ਕੇ ਉਹ ਕਹਿੰਦੇ ਯਾਰ ਕਰਮ ਤਾਂ ਤੇਰੇ ਜਾਗ ਪਹਿਣਗੇ ਕਿਉਂ ਜਦੋਂ ਉਸ ਵੱਲੇ ਦਿਨ ਆਉਂਦੇ ਆ ਨਾ ਉਦੋਂ ਮੂੰਹ ਤੋਂ ਸਭ ਦੇ ਚੰਗੀ ਬਾਤ ਨਿਕਲਦੀ ਤੇ ਸਾਡਾ ਇੱਕ ਸੁਨੇਹਾ ਉਹ ਪੁੱਛਣੀਆਂ ਆਪਣੇ ਕਰਮਾਂ ਨੂੰ ਕਹਿੰਦਾ ਵੀ ਪੁੱਛ ਲੂੰ ਦੱਸ ਕਹਿੰਦੇ ਵੀ ਸਾਡੇ ਸੁੱਕੇ ਅੰਬਰ ਪੱਥਰ ਪੈਂਦੀਆਂ ਕਈ ਵਾਰ ਇਹ ਨਹੀਂ ਪਤਾ ਕਦੋਂ ਪੈਣ ਲੱਗ ਜਾਣ ਜੇ ਸਾਨੂੰ ਸਾਰੇ ਸ਼ਹਿਰ ਨੂੰ ਦੁੱਖ ਬਹੁ ਮਿਲਦਾ ਵੀ ਪੁੱਛ ਕੇ ਆਈ ਵੀ ਕਾਤੋਂ ਪੈਂਦੇ ਆ ਗਾਹ ਚਲੇ ਤਾਂ ਇੱਕ ਬਹੁਤ ਭਾਰਾ ਬਿਰਛੂ ਥੱਥੇ ਖੜ ਗਿਆ ਬੀ ਦਾਮ ਲੈ ਲੀਏ ਯਾਰ ਹੰਬ ਗਏ ਉਹ ਬੇਸਟ ਜੂ ਬਾਜ ਲੱਗ ਗਿਆ ਉਹਨੂੰ ਤੂੰ ਭਾਈ ਕਿਧਰ ਨੂੰ ਚਲੇ ਉਹ ਕਹਿੰਦਾ ਯਾਰ ਮੈਂ ਤਾਂ ਸਮੁੰਦਰ ਤੋਂ ਪਾਰ ਜਾਣਾ ਆਪਣੇ ਕਾਰਮ ਜਗਾਉਣ ਤੂੰ ਦੱਸ ਕੌਣ ਬੋਲ ਉਹ ਕਹਿੰਦਾ ਮੈਂ ਤਾਂ ਆਹ ਬਿਰਸ਼ੀ ਬੋਲਣਾ ਤੇ ਮੇਰਾ ਇੱਕ ਪਾਸਾ ਸੁੱਕਾ ਤੇ ਇਹ ਘਹਰਾ ਇਹ 24 ਘੰਟੇ ਹਰਾ ਰਹਿੰਦਾ ਹਰਾ ਰਹਿੰਦਾ ਤੇ ਇਹ ਸੁੱਕਾ ਰਹਿੰਦਾ ਇਹ ਨਹੀਂ ਹਰਾ ਹੁੰਦਾਗਾ ਸੌਣ ਦੇ ਮੀਂਹ ਪੈਂਦੇ ਆ ਤੇਰੀ بارش ਪੈਂਦੀ ਆ ਕੋਈ ਕਮੀ ਨਹੀਂ ਤੇ ਉਹਨੂੰ ਪੁੱਛ ਕੇ ਆਈਂਦੀ ਇਹ ਪਾਸਾ ਕਿਉਂ ਨਹੀਂ ਹਰਾ ਹੁੰਦਾ ਕਹਿੰਦਾ ਵੀ ਹੁਣ ਗਾਹਾਂ ਚਲਾ ਗਿਆ ਕੀਦੇ ਦਾ ਇੱਕ ਜੰਗਲ ਦੇ ਰੂਹੀ ਦੇ ਰਹਿਣ ਵਾਲੀ ਘੋਰੀ ਉਹ ਭੱਜੀ ਆਉਂਦੀ ਆ ਤੇ ਉਹਨੂੰ ਬਾਜਾਂ ਮਾਰ ਕੋਈ ਪੱਲਾ ਸਮਾਂ ਸੀ ਉਹਨੂੰ ਕਹਿਣ ਲੱਗੀ ਹਾਂ ਵੀ ਬੰਦਾ ਰੱਬ ਦਾ ਕਿਧਰ ਨੂੰ ਚੱਲਿਆ ਉਹ ਕਹਿੰਦਾ ਵੀ ਪੌਲਤਾ ਜੀ ਮੈਂ ਤਾਂ ਮੇਰੇ ਘਰੋਂ ਸਮੁੰਦਰ ਤੋਂ ਪਾਰ ਪਏ ਆ ਸੁੱਤੇ ਜਗਾਵਣ ਚਾਹੀਦਾ ਮੇਰਾ ਕੁਛ ਨਹੀਂ ਆ ਰਹਿਗਾ ਆ ਦੱਸ ਕਹਿੰਦੀ ਉਹਨਾਂ ਨੂੰ ਇਹ ਪੁੱਛੀ ਵੀ ਮੇਰੇ ਅੰਦਰ ਬਾਤ ਲੱਗੀ ਜਾਂਦੀ ਹੈ ਅਗ ਲੱਗੀ ਜਾਂਦੀ ਹਰ ਵਕਤ ਇਹ ਕਿਵੇਂ ਹਟ ਕਹਿੰਦਾ ਵੀ ਪੁੱਛ ਉਸ ਸਮੁੰਦਰ ਦੇ ਕਿਨਾਰੇ ਚੜਿਆ ਗਿਆ ਹੁਣ ਨੰਗਣ ਦਾ ਤਾਂ ਕੋਈ ਬੰਦੋ ਵਾਸਤ ਨਹੀਂ ਇਹ ਦੂਰ ਦੱਡਦਾ ਰਿਹਾ ਕੋਈ ਵੀ ਕਰਮਾ ਇਹਨੂੰ ਉੱਠ ਗਿਆ 10 ਕਰਮਾ ਉਹਨੂੰ ਉੱਠ ਗਿਆ ਉਦੋਂ ਇੱਕ ਬਹੁਤ ਭਾਰੇ ਮਾਛ ਨੇ ਕੱਢਿਆ ਸਰ ਉਹਨੂੰ ਕਹਿੰਦਾ ਹਾਂ ਬਈ ਕੀ ਬਾਹਲ ਦਾ ਫਿਰਨਾ ਉਹ ਕਹਿੰਦਾ ਯਾਰ ਪਾਰਟਨਾ ਤਾਂ ਕੀ ਆ ਮੈਂ ਪੰਚ ਗਿਆ ਵੀ ਮੈਂ ਤਾਂ ਨੰਗਾ ਨਾ ਪਾਰ ਤੇ ਬਿਜੀ ਕੋਈ ਨਹੀਂ ਸੀ ਉਹ ਕਹਿੰਦਾ ਪਾਰਤ ਨੂੰ ਮੈਂ ਨਗਾ ਕਹਿੰਦਾ ਵੀ ਨਗਾ ਦੇ ਕਹਿੰਦਾ ਮੇਰਾ ਇੱਕ ਸਲੇ ਹੈ ਉਹ ਪੁੱਛ ਲੀਆਂ ਤੇ ਕਰਮਾ ਜਿਹੜਾ ਕੋ ਦੱਸ ਕਹਿੰਦਾ ਵੀ ਪੁੱਛ ਨੂੰ ਨਗਾ ਲਓ ਜੀ ਉਹਨੇ ਆਪ ਦੀ ਤੇ ਵਹਾ ਮਾੜੀ ਤਾਲੀ ਪਾਰ ਲਾ ਨੰਗਿਆ ਗਾਹਾਂ ਨੰਕੇ ਗਾਹਾਂ ਝਾੜ ਬੂਤ ਫਲੋਰ ਦਾ ਫਿਰਦਾ ਕੋਈ ਦੀਦਾ ਨਹੀਂ ਫਿਰ ਉਹਦੇ ਇੱਕ ਕੁੱਲੀ ਟੁੱਟੀ ਜੀ ਛਪਰੀ ਆਈ ਜਿਹੜੀ ਨਿਗਾ ਉਧਰ ਨੂੰ ਹੋ ਗਿਆ ਉੱਥੇ ਇੱਕ ਸਾਧੂ ਬੈਠਾ ਵੱਡਾ-ਵੱਡਾ ਭੇਖ ਉਹਨੂੰ ਜਾ ਕੇ ਇੱਕ ਮੱਥਾ ਟੇਕ ਕੇ ਬਹਿ ਗਿਆ ਉਹ ਪੁੱਛਦਾ ਵੀ ਹਾਂ ਭਾਈ ਕਿਧਰੋਂ ਆਏ ਕਿਧਰ ਕੀ ਕਰਦਾ ਫਿਰਦਾ ਕਹਿੰਦਾ ਮਹਾਰਾਜ ਮੈਂ ਤਾਂ ਮੇਰੇ ਕਰਮ ਸੁੱਤੇ ਪਏ ਆ ਮੈਨੂੰ ਵੀ ਥੋੜੇ ਅੜਗੇ ਕਿਸੇ ਮਹਾਪੁਰਸ਼ ਨੇ ਦੱਸਿਆ ਤੇ ਮੈਂ ਤਾਂ ਕਰਮ ਜਗਾਉਣ ਆਇਆ ਉਹ ਕਹਿੰਦੇ ਜਾ ਫਿਰ ਜਾਗ ਪੇਸ ਕਹਿੰਦਾ ਹਾਂ ਨਹੀਂ ਮਹਾਰਾਜ ਸੁਨੇਹੇ ਐ ਮੇਰੇ ਕੋਲ ਦੋ ਤਿੰਨ ਕਹਿੰਦਾ ਹਾਂ ਦੱਸ ਨੇ ਦੱਸਿਆ ਵੀ ਪਹਿਲਾਂ ਇੱਕ ਜਨੇਰ ਖੇੜਾ ਪਿੰਡ ਆ ਉੱਥੇ ਸੁੱਕੇ ਅੰਬਰ ਪੱਥਰ ਪੈ ਉਹ ਕਿਵੇਂ ਹੱਟਣ ਕੇ ਕਾਤੋਂ ਪੈਦੇ ਉਹ ਆਖਣ ਲੱਗਾ ਵੀ ਉੱਥੇ ਇੱਕ ਪੰਡਤਾਂ ਦੀ ਕੁੜੀ ਆ ਬਰ ਪ੍ਰਾਪਤ ਵਿਆਹ ਵਾਲੀ ਹੋਈ ਵੀ ਆ ਪੰਡਤ ਬਹੁਤ ਜ਼ਿਆਦਾ ਗਰੀਬ ਉਹਨੂੰ ਵਿਆਹ ਨਹੀਂ ਸਕਦਾ ਤੇ ਤੁਸੀਂ ਤੋ ਦਿੰਦੀ ਸਾਰੇ ਪਿੰਡ ਨੂੰ ਸਾਫ ਤੁਸੀਂ ਸਾਰਾ ਨਗਰ ਰਲ ਕੇ ਬਾਕੇ ਥੋੜਾ ਥੋੜਾ ਉਹਦਾ ਵਿਆਹ ਕਰ ਦਿਓ ਤੇ ਪੱਥਰ ਪੈਣ ਵਾਲਾ ਉਹ ਵੀ ਸੁਨੀਹਾ ਲੈ ਲਿਆ ਫੇਰ ਪੁੱਛਿਆ ਵੀ ਇੱਕ ਮਿਰਚ ਆਇਆ ਉਹਨੇ ਮਹਾਰਾਜ ਮੈਨੂੰ ਆ ਗੱਲ ਕਹੀ ਉਹਦਾ ਇੱਕ ਪਾਸਾ ਸੁੱਕਾ ਹੈ ਘਰ ਆ ਉਹ ਕਹਿੰਦਾ ਉਹਦੇ ਤੂੰ ਦਾ ਸੁੱਕਾ ਪਾਸਾ ਕਿਸੇ ਸਮੇਂ ਦੀਆਂ ਦੋ ਤਿੰਨ ਗਾਗਰਾਂ ਧੰਦੀਆਂ ਦੱਬਾਂ ਉਹ ਧੰਨ ਸਾਫ ਦੇਈ ਜਾਂਦਾ ਉਹਨੂੰ ਕੋਈ ਕੱਡੇ ਤੋਂ ਫਰਾ ਹੋਈ ਕਹਿੰਦਾ ਜੀ ਠੀਕ ਹੈ ਫੇਰ ਫਿਰ ਕਹਿੰਦਾ ਇੱਕ ਆਜ਼ਾਰ ਚ ਘੋਰੀ ਮਿਲੀ ਉਹ ਕਹਿੰਦੀ ਸੀ ਮੇਰੇ ਅੰਦਰ ਬਲਤ ਲੱਗੀ ਰਹਿੰਦੀ ਆ ਉਹ ਕਹਿੰਦਾ ਐਂ ਕਰ ਉਹਨੇ ਉਹਨਾਂ ਦੱਸੀ ਦੂਰ ਜੇ ਨਾ ਦੱਸਣ ਵਾਲੀ ਗੱਲ ਆ ਉਹਨੂੰ ਕਹੀਂ ਵੀ ਤੇਰੇ ਮੱਕਾਨ ਚ ਗੱਲ ਦੋ ਜਦੋਂ ਤੇਰੇ ਕੰਨਾਂ ਨੇੜੇ ਲਾਉਣ ਲੱਗੀ ਨਾ ਮੂੰਹ ਦੇ ਉਹਦੇ ਧੌਣ ਦੇ ਵਾਲ ਆਉ ਫੜੀ ਤੇ ਫੜ ਕੇ ਉਲੁੱਤੇ ਬੈਝੀ ਉਹਦੀ ਬਲਤ ਹੱਜੂ ਘੋੜਾ ਅਸਮਾਰ ਬਿਨਾਂ ਨਹੀਂ ਬਚਦਾ ਕਹਿੰਦਾ ਜੀ ਠੀਕ ਫੇਰ ਫੇਰ ਕਹਿੰਦਾ ਜੀ ਨੇ ਮੈਨੂੰ ਪਾਰ ਲਗਾਇਆ ਮਾਟੀ ਵੀ ਕਹਿੰਦਾ ਵੀ ਮੈਂ ਤਾਂ ਇਸਲੇ ਪਿਆਲ ਵੀ ਚੜਾਉਣਾ ਤੇ ਮੇਰੇ ਅੰਦਰ ਅੱਗ ਲੱਗੀ ਰਹਿੰਦੀ ਆ ਕਹਿੰਦਾ ਉਹਨੂੰ ਐਸ ਪਾਸੇ ਨਾ ਦੱਸੀ ਤੇ ਨਾਂ ਕਿਉਂ ਕਹੀਂ ਵੀ ਥੋੜਾ ਜਿਹਾ ਮੂੰਹ ਕੱਢ ਸੁੱਕੇ ਸਾਂ ਮੂੰਹ ਸੁੱਕੇ ਸਾਂ ਕੱਢਾ ਨੂੰ ਕਾਂਗ ਦੇ ਦੋਤਾਂ ਦੀ ਜੋਰ ਨਾਲ ਉਹਦੇ ਅੰਦਰ ਆ ਹੀਰਾ ਉਹ ਨਿਕਲ ਜੂ ਉਹ ਚੱਕ ਤੇ ਤੂੰ ਦੇ ਨਹੀਂ ਤੂੰ ਦੀ ਬਲਤ ਲਓ ਜੀ ਵਾਪਸ ਮੁੜ ਆਇਆ ਜਦੋਂ ਲੱਗਿਆ ਇਧਰ ਗੇੜੇ ਦੇਣ ਉਹਨੂੰ ਮੱਛੀ ਦੇ ਦੇਖ ਲਿਆ ਯਾ ਉਹ ਬੰਦਾ ਉਹੀ ਲੱਗਦਾ ਕਿਉਂ ਵੀ ਆ ਗਿਆ ਕਹਿੰਦਾ ਹਾਂ ਆ ਮੇਰਾ ਸੁਨੀਹਾ ਕਹਿੰਦਾ ਸੁਨੀਹਾ ਤੇਰੇ ਲੈ ਆ ਮੈਨੂੰ ਉਸ ਪਾਰਨਗਰ ਚਾਹਾਂ ਆ ਬੈਠ ਉਹਨੇ ਪਾਰਨਗਰ ਇਹ ਪਾਰਨ ਗਿਆ ਤਾਂ ਉਹਨੂੰ ਕਹਿਣ ਲੱਗਾ ਵੀ ਤੂੰ ਵੀ ਮੂੰਹ ਕੱਢ ਵਾਹ ਹੱਥ ਸੁੱਕੇ ਸਾਂ ਥੋੜਾ ਜਿਹਾ ਜਦੋਂ ਕੱਢਿਆ ਮੂੰਹ ਕਹਿੰਦਾ ਬਜੂ ਉਹਨਾਂ ਦੋਤਾਂ ਉਹ ਫਿਰ ਬਰਕ ਕੇ ਹੋ ਗਿਆ ਉਹਨੇ ਚੱਕ ਕੇ ਮੇਰੇ ਚਪਾ ਲਿਆ ਉਹ ਅਨਮੁੱਲੀ ਚੀਜ਼ ਉਹ ਕਹਿੰਦਾ ਕਿਉਂ ਭਈ ਕਹਿੰਦਾ ਵੀ ਹਾਂ ਹੁਣ ਤਬਾਤ ਹਟ ਗਈ ਕਹਿੰਦਾ ਜਾ ਮਗਰੋਂ ਉਹ ਬੇਸਕੁਲੇ ਆ ਗਿਆ ਉਹ ਬੇਸਲੇ ਥੱਲੇ ਖੜ ਕੇ ਕਹਿੰਦਾ ਲੈ ਵੀ ਮੈਂ ਆਉਂ ਮੈਂ ਤੋਤਲਣਾ ਚਾਹੁੰਦਾ ਤੇਰੇ ਸੁੱਕੇ ਪਾਸੇ ਧੰਨ ਦੱਬਿਆ ਦਾ ਕਿਸੇ ਸਮੇ ਦਾ ਕਿਸੇ ਦਾ ਪੂ ਕੱਢਿਆ ਜਉ ਤੂੰ ਹਰਾ ਹੋ ਜਾਏਗਾ ਕਹਿੰਦਾ ਵੀ ਠੀਕ ਹੈ ਜਾ ਫਿਰ ਆ ਗਿਆ ਉਹ ਕੋਲੀ ਕੋਲੇ ਉਹ ਕੋੜੀ ਆਈ ਪੱਜ ਕੇ ਵੀ ਹਾਂ ਭਈ ਮੇਰਾ ਸੁਨੇਹਾ ਉਹ ਕਹਿੰਦਾ ਵੀ ਸੁਨੇਹਾ ਤਾਂ ਤੇਰੇ ਲੈ ਆਇਆ ਜ਼ਰੂਰ ਪਰ ਗੱਲ ਤੇਰੇ ਕੰਨ ਚ ਦੱਸਣੀ ਹੈ ਬਾਰ ਪੰਚੀ ਨੂੰ ਮਨਾ ਸੁਣ ਜੇ ਕਿਸੇ ਉਹ ਹੁਣ ਡਰਦੀ ਸੀ ਬਾਹਰ ਆਣ ਵਾਲੀ ਸੀ ਹੌਲੀ 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 ਉਹਦੇ ਜਮਾਂ ਨੇੜੇ ਆ ਗਈ ਜਦੋਂ ਕੰਨ ਦੇ ਕੰਨ ਲੱਗੀਆਂ ਉਹਦੇ ਮੂੰਹ ਕੋਲੇ ਕੰਨ ਉਹਨੇ ਤੌ ਟੂਫੜੇ ਬਾੜ ਮਾਰ ਕੇ ਛਾਲ ਉੱਤੇ ਵੇ ਗਿਆ ਕਹਿੰਦਾ ਹਾਂ ਵੀ ਹੁਣ ਉਹ ਕਹਿੰਦੀ ਵੀ ਹਾਂ ਹੁਣ ਤਾਂ ਹਟ ਗਈ ਬਾੜ ਕਹਿੰਦਾ ਚੱਲ ਚੱਲ ਗਏ ਫਿਰ ਬਸ ਤੇਜ਼ ਤੇ ਸਵਾਰੀ ਹੈ ਨਹੀਂ ਸੀ ਇਹ ਬਾਤ ਲੱਗਣ ਗਈ ਲੋ ਜੀ ਨੂੰ ਕੋਰੀ ਮਿਲ ਗਈ ਕੋਰੀ ਮਿਲ ਗਈ ਕਿ ਹੁਣ ਆਉਂਦਾ ਤੁਰਿਆ ਤੇ ਉਸ ਨਗਰ ਚ ਆ ਗਿਆ ਜਨੇਰ ਖੇ ਉਹਨਾਂ ਲੋਕਾਂ ਨੇ ਦੇਖਿਆ ਵੀ ਆ ਉਹੀ ਬੰਦਾ ਕਈ ਦਿਨ ਹੋ ਗਏ ਗਏ ਨੂੰ ਇਹਨਾਂ ਤਾਂ ਰੋਕ ਲਿਆ ਵੀ ਭਾਈ ਸਾਡਾ ਸੁਨੇਹਾ ਕਹਿੰਦਾ ਵੀ ਹਾਂ ਲੈ ਆਇਆ ਸੁਨੇਹਾ ਐ ਪੰਜ ਸੱਤ 10 ਬੰਦੇ ਚ ਸਿਆਣੇ ਸਿਆਣੇ ਹੋਰ ਹੋਜੂ ਘੱਟ 10 ਉਹ ਰਾਗ ਹਾਂ ਵੀ 10 ਉਹ ਕਹਿੰਦਾ ਵੀ ਥੋੜੇ ਪੰਡਤਾਂ ਦਾ ਘਰ ਹੈਗਾ ਕੋਈ ਕਿੰਜ ਆਹੋ ਉਹ ਕਹਿੰਦਾ ਪੰਡਤਾਂ ਦੀ ਲੜਕੀ ਆ ਬਹੁਣ ਬੜੀ ਬਰ ਪ੍ਰਾਪਤ ਹੋਈ ਉਹ ਦਿੰਦੀ ਆ ਸਾਰੇ ਨਗਰ ਨੂੰ ਸਰਾਫ ਇਸੋੜੇ ਪੱਥਰ ਤਾਂ ਪੈਂਦੀ ਆ ਉਹ ਰਾਲ ਮਿਲ ਕੇ ਕੁਰੀ ਪੰਡਰ ਦੀ ਵਿਆਹ ਦੇ ਥੋੜੇ ਪੱਥਰ ਪੈਣ ਵਾਲੀ ਉਹ ਜੀ ਕਹਿੰਦੇ ਵੀ ਠੀਕ ਆਪਦੇ ਭਾਈ ਪਿੰਡ ਆ ਗਿਆ ਆ ਕੇ ਆਪਦੇ ਘਰ ਵਾਲੀ ਨੂੰ ਕਹਿਣ ਲੱਗਾ ਲੈ ਵੀ